ਪੰਜਾਬ ਸਰਕਾਰ ਮਾਈ ਭਾਗੋ ਸਕੀਮ ਦੇ ਤਹਿਤ 11ਵੀਂ ਅਤੇ 12ਵੀਂ ਕਲਾਸ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕਰ ਰਹੀ ਹੈ। ਇਸ ਤਹਿਤ ਹੀ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾ ਨਗਰ ਦੇ ਸਕੂਲ ਵਿੱਚ ਕਰੀਬ 482 ਵਿਦਿਆਰਥਣਾਂ ਨੂੰ ਸਾਈਕਲ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ 9ਵੀਂ ਅਤੇ 10ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇਗੀ ਤਾਂ ਜੋ ਉਨ੍ਹਾਂ ਨੂੰ ਸਕੂਲ ਆਉਣ ਜਾਣ ਵਿੱਚ ਆਸਾਨੀ ਰਹੇ। ਇੱਕ ਲੱਖ 40,000 ਦੇ ਕਰੀਬ ਸਾਈਕਲ ਜਿਹੜੇ ਨੇ ਅਸੀਂ ਪੰਜਾਬ ਸਰਕਾਰ ਦੀ ਸਕੀਮ ਦੇ ਅੰਦਰ ਖਰੀਦੇ ਨੇ। ਸੋ ਅਸੀਂ ਵੱਖ ਵੱਖ ਪ੍ਰੋਗਰਾਮ ਜਿਵੇਂ ਜਿਵੇਂ ਉੱਥੋਂ ਦੇ ਕੰਸਰਨਡ MLAs ਨੂੰ ਜਾਂ DCs ਨੂੰ ਕੀਤਾ ਹੋਇਆ ਗਾਈਡ, ਉਹ ਸਕੂਲਾਂ ਦੇ ਜਿਹੜਾ ਸਟਾਫ ਹੈ ਜਾਂ ਪ੍ਰਿੰਸੀਪਲਸ ਦੇ ਨਾਲ ਮਿਲ ਕੇ ਉਹ ਜੋ ਵੀ ਉਹਨਾਂ ਦਾ ਫੰਕਸ਼ਨ ਹੈ ਉਹ ਸਮਾਰੋਹ ਕਰਕੇ ਉੱਥੇ ਤੇ ਵੰਡ ਰਹੇ। ਜਿੱਥੇ ਅਸੀਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਉੱਥੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਲੜਕੀਆਂ ਨੂੰ ਪ੍ਰੋਪਰ ਸੁਵਿਧਾ ਜਿਹੜੀ ਹੈ ਉਹ ਦੇਈਏ, ਕਿਉਂਕਿ ਲੜਕੀਆਂ ਨੂੰ ਸ਼ਿਕਸ਼ਿਤ ਕਰਨਾ ਇਹ ਸਾਡਾ ਫਰਜ਼ ਹੈ ਔਰ ਸਾਡਾ ਧਰਮ ਵੀ ਬਣਦਾ। ਔਰ ਅਸੀਂ ਇਸ ਵਾਰੀ ਤਾਂ ਅਸੀਂ +1 +2 ਦੀ ਬੱਚੀਆਂ ਨੂੰ ਸਾਈਕਲ ਦਿੱਤੇ ਨੇ ਔਰ ਅਗਲੀ ਵਾਰੀ ਸਾਡਾ ਇਰਾਦਾ ਹੈ ਕਿ ਸਾਡਾ ਇਹ ਪ੍ਰਪੋਜ਼ਲ ਹੈ ਕਿ 9ਵੀਂ ਔਰ 10ਵੀਂ ਦੀ ਬੱਚੀਆਂ ਨੂੰ ਜਿਹੜੇ ਸਾਈਕਲ ਨੇ ਇਹ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਸਕੂਲਾਂ 'ਚ ਜਾਣ 'ਚ ਕਿਸੇ ਤਰ੍ਹਾਂ ਦੀ ਡਿਪੈਂਡੈਂਸੀ ਨਾ ਹੋਵੇ।